ਮੈਂ ਕੱਲ ਲੈ ਕੇ ਆਂਦੀ ਖਾਈ ਸਿੱਧੀ ਗੜੀ ਦੇ ਨਾਲ ਦਾ ਚਿੱਟਾ ਮੋੜ ਕੱਲ ਮੜ ਗਿਆ ਸੀ ਤੇ ਇਹ ਮਾਸ਼ਾਅੱਲਾ ਸਾਡੇ ਮੋੜ ਆ ਜੀ ਕੀ ਅਮੀ ਜੀ ਆ ਗੁੰਦਾ ਹੈ ਜੇ ਅਸੀਂ ਬੰਦੇ ਕੋਈ ਛਲਿਆਈਆਂ ਨਾ ਤਾਂ ਫਿਰ ਤੁਸੀਂ ਨੱਕ ਚੜ੍ਹਦੇ ਇੰਨਾ ਮਹਿੰਗਾ ਆਇਆ ਅਸਲਾਮੁਅਲੈਕਮ ਮੇਰੇ ਸੋਹਣੇ ਵੀਰੋ ਕੀ ਹਾਲ ਚਾਲ ਜੇ ਵੀਰੋ ਅੱਜ ਦਾ ਕਰਦੇ ਆ ਵਲੌਗ ਸ਼ੁਰੂ ਤੇ ਤانوں ਜਸਤੇ ਕਨ ਪਤਾ ਕਿ ਸਾਡੇ ਅੱਜ ਤੋਂ ਬਾਅਦ ਵਲੌਗ ਆਇਆ ਕਰਨਗੇ ਪੰਜਾਬੀ ਦੇ ਵਿੱਚ ਜਿਹੜੀ ਸਾਡੀ ਆਪਣੀ ਮਕਾਮੀ ਜ਼ੁਬਾਨ ਆ ਮਕਾਮੀ ਤੇ ਨਹੀਂ ਸਾਡੀ ਆਪਣੇ ਖਾਨਦਾਨ ਦੀ ਜਿਹੜੀ ਜ਼ੁਬਾਨ ਆ ਪੰਜਾਬੀ ਕਿਉਂਕਿ ਅਸੀਂ ਰਾਈ ਕਾਸਟ ਨਾਲ ਤਲਕ ਰੱਖਦੇ ਆ ਤੇ ਸਾਡੀ ਜ਼ੁਬਾਨ ਹੈਗੀ ਪੰਜਾਬੀ ਤੇ ਪਹਿਲੇ ਅਸੀਂ ਵਲੌਗ ਬਣਾਉਂਦੇ ਸੀ ਕਦੀ ਪੰਜਾਬੀ ਵਿੱਚ ਕਦੀ ਸਰਾਇਕੀ ਵਿੱਚ ਕਦੀ ਉਰਦੂ ਵਿੱਚ ਤੇ ਹੁਣ ਅਸੀਂ ਸੋਚਿਆ ਕਿ ਅਸੀਂ ਪੰਜਾਬੀ ਵਿੱਚ ਵਲੌਗ ਬਣਾਉਂਦੇ ਤੇ ਅੱਜ ਸਾਡਾ ਪਹਿਲਾ ਵਲੌਗ ਆ ਪੰਜਾਬੀ ਦੇ ਵਿੱਚ ਤੇ ਆਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਬੈਲ ਆਈਕਨ ਪ੍ਰੈਸ ਕਰ ਦੋ ਤੇ ਤੁਹਾਨੂੰ ਦਿਖਾਉਨੇ ਆ ਅਜਿਹਾ ਮਜ਼ੇਦਾਰ ਜੈਵ ਲੋਕ ਹਲ ਮਿੱਠੂ ਕੀ ਹਾਲ ਚਾਲ ਕੀ ਕਰਦਾ ਪਿਆ ਮੰਮਾ ਨੂੰ ਕੀ ਹੋਇਆ ਹੈ ਇਧਰ ਦੇਖ ਮੰਮਾ ਤੇਰੀਨ ਕੀ ਹੋਇਆ ਹੈ ਹੈ ਛੁੱਟੀ ਬਈ ਹਲੇ ਤੱਕ ਤੇ ਵੇ ਠੀਕ ਹੈ ਮੰਮਾ ਹੂੰ ਤੇਰੇ ਹੱਥ ਤੇ ਕੀ ਲੱਗ ਪੋ ਬਣੋਲਾ ਲੱਗਾ ਬਣੋਲਾ ਲੱਗਾ ਕੀ ਹੋਇਆ ਸੀ ਬੁਖਾਰ ਬੁਖਾਰ ਹੋਇਆ ਸੀ ਅੱਛਾ ਹੁਣ ਠੀਕ ਅੱਛਾ ਚਲ ਠੀਕ ਹੈ ਖੇਲੋ ਕੀ ਅਮੀ ਦੇ ਕੋ ਕੋ ਦਹਤ ਪੁਲਾ ਨਹੀਂ ਕਿਤੇ ਕੋਣ ਛਾ ਦੀ ਆਲੇ ਅੱਛਾ ਅੱਛਾ ਚਾਹ ਤੇ ਅਮੀ ਬਣਾ ਦੇ ਕੱਪ ਬਣਾ ਕੇ ਦੇਣਾ ਮੈਂ ਚਾਹ ਚਲਦੇ ਕੀ ਬੇਟਾ ਮਮਾ ਸਾਡੀ ਮੈਂ ਆਉਂਦਾ ਪਏ ਮਮਨਾਂ ਆ ਸ਼ਾਦੀ ਵਾਲੇ ਘਰ ਹੋ ਗਿਆ ਅੱਜ ਹੈਗੀ ਸਾਡੇ ਗੁਆਂਢੀਆਂ ਦੀ ਸ਼ਾਦੀ ਤੇ ਉਹ ਬਿਲਕੁਲ ਸਾਹਮਣੇ ਆ ਸਾਡੀ ਬਰਾਦਰੀ ਜਾਵੇ ਤੇ ਉਹਨਾਂ ਦੇ ਕੋਈ ਹੋਇ ਹਸਤਾ ਤੰਬੂ ਸ਼ਮੂਦ ਦੇ ਲਾਂਡੇ ਆ ਤੇ ਉਹ ਅਮੀਰ ਜਹਦ ਸੀ ਵੀ ਤੰਬੂ ਇੱਥੇ ਲਾਂਣ ਲੱਗੇ ਤੇ ਉਹ ਦੇਖਦੇ ਆ ਪੁੱਛਦੇ ਉਹਨਾਂ ਨੂੰ ਇੰਤਜ਼ਾਮਾਤ ਕੀ ਕੀ ਕਰਨੋ ਹਾਏ ਚੌਦੀ ਬੀਜੇ ਤੋਂ ਕੰਤੋਂ ਬਾਅਦ ਰੰਗਦਾ ਵੀ ਸ਼ੁਰੂ ਕਰ ਲਿਆ ਹੈ ਇਨਸ਼ਾਅੱਲਾ ਫਿਰ ਕੀ ਤੰਬੂ ਇੱਧਰ ਲਾਣ ਦਾ ਸੋਚਣ ਡੈਰ ਸਲਾ ਕਿਉਂ ਹੈ ਉਹਨੇ ਨਾ ਤੇ ਕੀ ਬਰਾਤ ਬਿਠਾੜੀ ਉੜੀ ਉਹਨੂੰ ਟਾਸ਼ੇ ਵਾਰ ਕੇ ਅੰਦਰ ਮਿੱਟੀ ਦੇ ਪਾਦੇ ਘੜ ਲਓ ਫਿਰ ਅੱਛਾ ਹਰ ਚਾਦੇ ਹਜੇ ਚੌਧਰੀ ਮਕਬੂਲ ਤੇ ਆ ਹੈਗਾ ਜੀ ਚੋਦੇ ਨਮਾਨ ਤੇ ਆ ਹੈਗਾ ਜੀ 34 ਚੱਕ ਦਾ ਡੋਨ ਤੇ ਆ ਹੈਗਾ ਜੀ ਰੰਗ ਸਾਜ਼ ਇਹ ਸਾੜੇ ਕੰਮ ਕਰਦਾ ਇਹ ਹਲਫਨ ਮੋਲਾ ਬੰਦਾ ਸ਼ਾਗਿਰਦ ਵੀ ਤੇ ਮੇਰਾ ਇਹ ਸ਼ਾਗਿਰਦ ਵੀ ਤੇ ਮੇਰਾ ਹੈ ਨਾ ਹੈ ਰਾਣਾ ਕਹਿੰਦਾ ਮੈਂ ਰਾਣਾ ਰਾਣਾ ਨਹੀਂ ਹਕਣਾ ਉਹ ਅੱਛਾ ਰਾਣਾ ਹੈ ਟੈਗਰ ਓਹ ਟੈਗਰ ਕੀ ਹਾਲ ਚਾਲ ਹੈ ਅਸਲਾਮ ਹੋਰ टैगर आ जी साड़ा टैगर हाल टैगर टैगर उत्तर देख जी पित्तल सब पित्तल सिल्वर तो आज सब्जी लो लैनी सब्जी टैगर सब्जी लैके आ जा ਇੱਥੇ ਘਰਾ ਫੇੜ ਕੇ ਉਸ ਤੋਂ ਬਾਅਦ ਫੇ ਬਰਾਤ ਦਾ ਇੱਧਰ ਸੀਨ ਬਣਾ ਲਓ ਨਾ ਕਿੱਥੇ ਗਿਆ ਬੱਟ ਕਿੱਥੇ ਗਿਆ ਕਿੱਥੇ ਤੇਰਾ ਪਿਓ ਕਿੱਥੇ ਕਿਨੂੰ ਪਤਾ ਆ ਹੈਂ ਉਹਦੇ ਪਾਪਾ ਕਿੱਥੇ ਉਰੇ ਹਰ ਉਹਦੇ ਪਾਪਾ ਕਿੱਥੇ ਚ ਹਾਂ ਚਾਹ ਮਾਲੀ ਕਹਿੰਦਾ ਸੀ ਇੱਥੇ ਹਾਂ ਅਰੇ ਤਾਂ ਪੱਧਰੀ ਕਰਵਾ ਕੇ ਤੇ ਇੱਥੇ ਤੰਬੂ ਲਾ ਲੈ ਹਾਂ ਇੱਥੇ ਵਾਦੇ ਹੋ ਨਾ ਟੱਟ ਲਿਆ ਕੇ ਨਾ ਚਾਚੂ ਵਾਲਾ ਜੇ ਸ਼ਹਿਦ ਦਾ ਟੱਟ ਲਿਆ ਕੇ ਐਸ ਰੇਤ ਨੂੰ ਪੱਧਰੀ ਕਰਾਂਗੇ ਕਰਕੇ ਤੇ ਇਹਦੇ ਉੱਤੇ ਤੰਬੂ ਲਾ ਦੇਣਗੇ ਆ ਬੈਠੇ ਜੀ ਮਾਣੋ ਬਿਲੀ ਮਾਣੋ ਬਿਲੀ ਉਹ ਗਈ ਡਰ ਗਈ ਮਾਣਵਾ ਸਾਡੇ ਕੋ ਕੈਮਰਾ ਦੇਖ ਕੇ ਡਰ ਗਈ ਮਾਣੋ ਕੀ ਹੋਇਆ ਮਾਣੋ ਕੀ ਹੋਇਆ ਆ ਸਾਡੀਆਂ ਜੀ ਦੇਸੀ ਮੁਰਗੀਆਂ ਇੱਕ ਖਾਨੇ ਦੇ ਵਿੱਚ ਅੰਡਿਆਂ ਵਾਸਤੇ ਰੱਖੀਆਂ ਇਹ ਦੇਸੀ ਮੁਰਗੀਆਂ ਤੇ ਆ ਮੁਰਗਾ ਤੇ ਆ ਹੈਗੀ ਜਾਂ ਗੰਜੀ ਮੁਰਗੀ ਸਾਡੀ ਇਹ ਵੀ ਅੰਡੇ ਦਿੰਦੀ ਹੈਗੀ ਇਹ ਵੀ ਦੇਸੀ ਹੈ ਲੱਗ ਨੇ ਗੰਜੀ ਹੈ ਵੱਖਰੀ ਕੀਤੀ ਆ ਇਹਨੂੰ ਮਾਰਦੇ ਬਾਕੀ ਹਾਂ ਕੀ ਆ ਹੈਗੀਆਂ ਜੀ ਸਾਡੀ ਅਸੀਲ ਮੁਰਗੀਆਂ ਤੇ ਇੱਕ ਅਸੀਲ ਮੁਰਗੀ ਅਗਲੇ ਦਿਨ ਹلال ਹੋ ਗਈ ਆ ਬਾਕੀ ਅਸੀਲ ਮੁਰਗੀਆਂ ਆ ਹੈਗੇ ਜੀ ਸਾਡੇ ਮੋਰ ਮਾਸ਼ਾਅੱਲਾ ਅੱਲਾ ਬੁਰੀ ਨਜ਼ਰ ਤੋਂ ਬਚਾਵੇ ਦੁਆ ਕਰਨਾ ओके ਐਸੇ ਮਾਸ਼ਾਅੱਲਾ ਸਾਡੇ ਕੋ ਪੰਜ ਪੰਜ ਜੋ ਇੱਕ ਕੁੱਤਾ ਖਾ ਗਿਆ ਸੀ ਤੇ ਇੱਕ ਉਦੋਂ ਮੜ ਗਿਆ ਸੀ ਬਾਕੀ ਜਿਹੜਾ ਤਿੰਨ ਤੇ ਤਿੰਨ ਮਾਸ਼ਾਅੱਲਾ ਜਵਾਨ ਹੋ ਗਏ ਸੀ ਤੇ ਇੱਕ ਇਹਦੇ ਨਾਲ ਦਾ ਚਿੱਟਾ ਮੋਰ ਕੱਲ ਮੜ ਗਿਆ ਸੀ ਤੇ ਇਹ ਮਾਸ਼ਾਅੱਲਾ ਸਾਡੇ ਮੋਰ ਆ ਜੀ ਤੇ ਆਓ ਤੁਹਾਨੂੰ ਬਾਕੀ ਵੀ ਲੋਗ ਵੀ ਸਾਥੇ ਦਿਖਾਉਂਦੇ ਇਨਸ਼ਾਅੱਲਾ ਮਜ਼ੇਦਾਰ ਮੈਂ ਕੱਲ ਲੈ ਕੇ ਆਉਂਦੀ ਖਾਈ ਸਿੱਧੀ ਗੜੀ ਹੋਤੈ ਇਹ ਕਿੰਨੇ ਦੀ ਆਈ 3000 3000 ਦੀ 3500 ਘਟਦਾ ਨਹੀਂ ਸੀ ਅੱਛਾ ਗਰਮ ਹੈਗੀ ਨਾ ਠੀਕ ਹੋਰ ਕੀ ਉਹ ਬੱਚਿਆਂ ਦੇ ਮਨਾਨ ਆਂਦੀ ਆ ਗਏ ਮਨਾਨ ਕਿੱਧਰ ਗਿਆ ਉਹ ਮੁੰਨਾ ਖੇਲਣ ਚਲ ਗਿਆ ਅਮਰ ਅੱਛਾ ਇਹ ਮਨਾਨ ਦੇ ਤੇਰੇ ਆਂਦੇ ਬਸ ਆ ਕੀ ਇਸ ਤੋਂ ਅੱਗੇ ਖੋਲੇ ਇਹ ਕਿਦਾ ਮੇਰਾ ਅੱਛਾ ਅੱਛਾ ਚਲ ਠੀਕ ਹੋ ਗਿਆ 550 ਦੀ ਇਹ ਦੀ ਤੇ ਦੋਸਤੋ ਚਾਹ ਬਣ ਗਈ ਆ ਤੇ ਆ ਜਿਓ ਜਿਨੇ ਜਿਨੇ ਚਾਹ ਪੀਣੀ ਹੈ ਬਹਿ ਕੇ ਮੇਰੇ ਖਾ ਪੀ ਲਈਏ ਮੁਰਕੇ ਕਿਸੇ ਨੇ ਤਰਾਜ਼ੀ ਨਾ ਕਰ ਦੇ ਕਿ ਆਖਿਆ ਕਿੰਨੇ ਦੀ ਆਈ ਇਹ 550 550 ਦੀ ਫਾਨ ਦੀ ਆ ਲਾਲ ਛਲੜਾ ਇਹ ਅੱਛਾ ਮਹਿੰਗਾਈ ਇੰਨੀ ਬੰਦਾ ਖੜੇਗੀ ਕਿਉਂ ਚੋਦੇ ਮਹਿੰਗਾਈ ਹੈਗੀ ਨਾ ਮਹਿੰਗਾਈ ਬੜੀ ਨਾ ਹਾਲ ਚੋਦੇ ਰਿਹਾ ਨਾ ਮੈਂ ਪੁੱਤ ਮਹਿੰਗਾਈ ਹੈਗੀ ਮੂੰਹ ਨਾ ਬੋਲੀ ਦੇਣਾ ਹੂੰ ਨਹੀਂ ਕਰੀਦਾ ਗੰਦਾ ਬੱਚਾ ਹਸਦਾ ਹੋ ਚਾ ਪੀ ਲਈ ਚਾ ਪੀ ਲਈ ਤੂੰ ਹਾਂ ਹੋਰ ਸਿੱਤ ਵੀ ਠੀਕ ਹੈ ਤੁਹਾਡੀ ਹਾਂ ਕੋਈ ਨਵੀਂ ਤਾਜ਼ੀ ਸਕੂਲ ਨਹੀਂ ਗਿਆ ਅੱਜ ਮਾਂ ਨਹੀਂ ਜਾਣਾ ਹੈ ਮਾਂ ਨਹੀਂ ਜਾਣਾ اچھا ਤੁਸੀਂ ਕਿਉਂ ਨਹੀਂ ਗਏ ਫਾਨ ਬੇਟਾ ਬੁਖਾਰ ਸੀ ਸਰ ਨੂੰ ਇਹਦੇ ਨੂੰ ਫਾਨ ਬੇਟਾ ਤੁਸੀਂ ਸਕੂਲ ਕਿਉਂ ਨਹੀਂ ਗਏ ਬੁਖਾਰ ਹੋਇਆ ਸੀ ਤਾਂ ਨਹੀਂ ਗਏ اچھا ਚਲੋ ਹੁਣ ਠੀਕ ਹੈ ਨਾ ਚਲੋ ਅੱਲਾ ਖੈਰ ਕਰੇ ਫਿਰ ਬੁਖਾਰ ਠੀਕ ਹੋ ਜਾਏਗਾ ਨਾ ਤਾਂ ਫਿਰ ਜਾਮੀ ਕੀ ਆਖੇ ਬੇਗਮ ਲਗਾ ਦੇ ਸਰ ਨੂੰ ਫੋਨ ਕਰ ਦੇਣਾ ਅਸੀਂ ਸੜੇ ਦਿਨ ਉਦਨ ਫੋਨ ਕਰਕੇ ਦੱਸਿਆ ਤੁਸੀਂ ਬੱਚਿਆਂ ਨੂੰ ਬੁਖਾਰ ਆ ਬੱਚੇ ਨਹੀਂ ਆਂਦੇ ਲੈ ਤੁਹਾਨੂੰ ਪਤਾ ਹੀ ਹੈ ਨਾ ਬੁਖਾਰ ਆ ਉਹਨਾਂ ਨੂੰ ਬੁਮਾੜ ਪਾਪਾ ਹਾਂ ਠੀਕ ਹੋ ਗਿਆ ਕੱਲ ਲੱਖਾ ਕਿ ਮੈਂ ਛੱਡ ਗਿਆ ਕੀ ਖਾਂਦਾ ਪਿਆ ਖਜੂਰ ਵਾਹ ਕਿੱਥੋਂ ਲਈ ਮਮਾ ਨੇ ਦਿੱਤੀ ਬਲੀ ਕੰਜੂਸ ਆ ਮਮਾ ਆ ਕੀ ਹੈ 300 ਦਾ ਹੈ 300 ਦਾ ਐਕੂ ਹਾਂਜੀ ਤੇ ਕਨਾਲ ਵੀ ਦੇਖੋ ਸੋਨੇ ਵਰਗਾ ਬਿਲਕੁਲ ਸੋਨੇ ਵਰਗਾ ਇਹ ਲੈ 7 ਜਾਣਾ ਆ 300 ਦਾ ਆਇਆ ਜੀ ਨਹੀਂ ਖਰਾਬ ਹੁੰਦਾ ਇਹ ਜੇ ਅਸੀਂ ਬੰਦੇ ਕੋਈ ਛੱਲਿਆਈ ਆ ਨਾ ਤੇ ਫਿਰ ਤੁਸੀਂ ਨੱਕ ਚਾੜਦਿਆਂ ਇੰਨਾ ਮਹਿੰਗਾ ਆਇਆ ਆਹੋ ਤੇ ਆਪਣੇ ਦਾ ਪਤਾ ਕੋਈ ਨਹੀਂ ਕਿ 300 ਰੁਪਏ ਦਾ ਲਾ ਲਿਆ ਉਹ ਚਲੋ ਖੈ ਐਵੇਂ ਹੁੰਦੀ ਨਾ ਦੋਸਤੋ ਜੀ ਤਾਂ ਖਰਾਬ ਹੋਏ ਅਸੀਂ ਜੋ ਕੋਈ ਛੱਲਿਆਈ ਆ ਤੇ ਲੜਦਿਆਂ ਉਹ ਖਰਾਬ ਹੋਣਾ ਜੀ ਇਹ ਤਾਂ ਇੱਕ ਖਰਾਬ ਹੁੰਦਾ ਅੱਛਾ ਚਲੋ ਮੰਨ ਲਿਆ ਜੀ ਮੇਰੇ ਖਿਆਲ ਜੇ ਮੇਰੇ ਵੀਡੀਓ ਤੇ ਪੈਣੋ ਤੇ ਭਰਾਵੋ ਅੱਜ ਦਾ ਵਲੋਗ ਇੰਨਾ ਹੀ ਬੜਾ ਵਾ ਤੇ ਕਿਉਂਕਿ ਸਾਡਾ ਪਹਿਲਾ ਪੰਜਾਬੀ ਵਲੋਗ ਸੀਗਾ ਤੇ ਸਹੀ ਤਰੀਕੇ ਨਾਲ ਲੈ ਲੈ ਸ਼ਾਇਦ ਬਣਿਆ ਨਾ ਹੋਵੇ ਅੱਜ ਲੇਕਿਨ ਜਿੱਦਾਂ ਦਾ ਵੀ ਬਣਿਆ ਪਲੀਜ਼ ਲਾਈਕ ਕਰਨਾ ਤੇ ਇਨਸ਼ਾਅੱਲਾ ਤੁਹਾਨੂੰ ਅੱਜ ਤੋਂ ਬਾਅਦ ਇਸ ਤੋਂ ਚੰਗਾ ਵਲੋਗ ਦਿਖਾਵਾਂਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਇਦਾਂ ਦਾ ਪੰਜਾਬੀ ਵਲੋਗ ਹੋਰ ਤੁਹਾਨੂੰ ਆਉਂਦੇ ਰਹਿਣਗੇ ਡੇਲੀ ਦਾ ਇੱਕ ਵਲੋਗ ਲਾਜ਼ਮੀ ਆਏਗਾ ਉਹ ਕਹਿੰਦੇ ਰੋਟੀ ਲੱਭੇ ਨਾ ਲੱਭੇ ਸ਼ੂਗਰ ਦੀ ਦਵਾਈ ਲਾਜ਼ਮੀ ਆ ਕੇ ਖਾਣੀ ਹੈ ਠੀਕ ਹੈ ਨਾ ਡਾਕਟਰ ਆਦੇ ਹੁੰਦੇ ਤਾਂ ਉਦਾਂ ਹੀ ਜਿਹੜਾ ਨਾ ਸਾਡਾ ਸਾਨੂੰ ਰੋਟੀ ਲੱਭੇ ਨਾ ਲੱਭੇ ਇੱਕ ਵਲੌਗ ਡੇਲੀ ਦਾ لازمی ਪੰਜਾਬੀ ਚ ਪਾਵਾਂਗੇ ਠੀਕ ਹੈ ਦੋਸਤੋ ਅੱਲਾ ਹਾਫਿਜ਼